ਕਮਰਿਆਂ ਚ ਸੇ ਅਸੀਂ ਪੌੜੀਆਂ ਚੜੇ ਜਾ ਕੇ ਨਮਸਕਾਰ ਕਰੀ ਪਾਠ ਸੁਣ ਲਾ ਕੇ ਪਾਠ ਸੁਣਦਿਆਂ ਨੂੰ ਜਾਦੇ ਚਿਰ ਨਹੀਂ ਹੋਇਆ ਹੁਣ 15 20 ਮਿੰਟ ਹੀ ਹੋਏ ਹੋਣਗੇ ਭਾਈ ਸਾਹਿਬ ਨਹੀਂ ਉੱਪਰ ਚ ਵੜੇ ਜਾਗੇ ਆ ਕੇ ਉਹਨਾਂ ਨੇ ਤਾਂ ਮੇਰਾ ਮੋਢਾ ਹੱਲ ਲਿਆ ਇੱਕ ਪਾਸੇ ਨੌਵੀਂ ਚ ਬੱਚਾ ਪੜਨ ਨਾਲਾ ਇੱਕ ਪਾਸੇ ਨਿੱ ਸਤਕਾਰ ਕਹਿੰਦੇ ਕਾਕਾ ਇੱਥਾਂ ਚੱਲੋ ਲੰਗਰ ਚ ਪ੍ਰਸ਼ਾਦ ਖੋ ਅਸੀਂ ਆ ਕੇ ਪਾਈਏ ਖਾਂ ਫਿਰ ਪ੍ਰਸ਼ਾਦ ਪਾਣੀ ਸ਼ਕੇ ਆ ਦੂਜੇ ਦਿਨ ਆਨੰਦਪੁਰ ਕਲਾਉਡ ਵਾਲੇ ਸੰਤ ਜਵਾਲਾ ਸਿੰਘ ਉਹਨਾਂ ਨੇ ਫਿਰ ਇਸ਼ਾਰਾ ਕਰਿਆ ਅਸੀਂ ਬੈਠੇ ਸੀ ਦਿਆ ਸਿੰਘ ਮੇਰੇ ਮਸੀਹ ਦਾ ਭਰਾ ਕਹਿੰਦੇ ਭਾਈ ਇੱਕ ਤੁਹਾਡੇ ਚ ਕੋਈ ਅਖੰਡ ਪਾਠੀ ਵੀ ਹੈ ਤੇ ਉਹ ਕਹਿੰਦੇ ਵੀ ਮੈਂ ਤਾਂ ਪਾਠ ਥੋੜਾ ਜਿਹਾ ਕਰ ਲੈਣਾ ਫਿਰ ਆ ਆਪ ਚੰਗੀ ਆ ਕਿਹੜਾ ਅਖੰਡ ਪਾਠੀ ਆ ਕਿਉਂਕਿ ਮੈਂ ਤਾਂ 2 ਸਾਲ ਪਹਿਲਾਂ ਲਾਇਸੇ ਪਿੰਡ ਜਿਸ ਵળે ਇਹ ਚੀਜ਼ ਹੋਈ ਤਾਂ ਉਹਨਾਂ ਨੇ ਮੇਰੀ ਕਹਿੰਦੇ ਦਾਕਾ ਸਪੀਡ ਕਿੰਨੀ ਕ ਹੈ ਮਾਜੀ ਘੰਟੇ ਚ 40 ਕ ਭੇਜਦੀ ਹੈਗੀ ਤੇ ਉਹਨਾਂ ਨੇ ਮੇਰੀ 2 ਤੋਂ 4 ਰੌੜ ਲਿਖਤੀ ਉੱਥੇ ਜਦੋਂ ਰਾਉਲ ਲਿਖਤੀ ਮੈਂ ਡਰਦਾ ਸੀ ਕਹਿੰਦੇ ਇੱਥੇ ਤਾਂ ਬੀਬੀਆਂ ਸਿੰਘ ਕਿਹੜੇ ਆਉਂਦੇ ਨੇ ਇੰਨੀ ਉਹਨਾਂ ਤੇ ਬਖਸ਼ਸ਼ ਨਹੀਂ ਬਾਣੀ ਜੇ ਕੋਈ ਕੋਈ ਭੁੱਲ ਕਰੇ ਉਹ ਨਹੀਂ ਦੱਸਦੇ ਨੇ ਮੈਂ ਡਰਿਆ ਹੋਇਆ ਸੀ ਜਿਵੇਂ ਵੀ ਅਰਦਾਸ ਗੁਰੂ ਨੇ ਮਨ ਵਿੱਚ ਕਰਾਈ ਮੈਂ ਭਾਈ ਦੋ ਤੋਂ ਉਚਾਰ ਰਾਉਲ ਤੇ ਜਦੋਂ ਬੈਠਿਆ ਐਸੀ ਖੇੜ ਵਰਤੀ ਗੁਰੂ ਦੀ ਕਿਰਪਾ ਦੇ ਨਾਲ ਤੇ ਥੋੜਾ ਹੀ ਚਿਰ ਹੋਇਆ ਸੀ ਮੈਨੂੰ ਪਾਠ ਕਰਦੇ ਉਹਨੂੰ ਭਾਈ ਸਾਹਣੀ ਆਏ ਆਪਣੇ ਕਮਰੇ ਚੋਂ ਚਵਾਰੇ ਚੋਂ ਆ ਕੇ ਉਹਨਾਂ ਨੇ ਪਾਠ ਖੜਕੀ ਸੁਣਿਆ ਖੜ ਕੇ ਸੁਣ ਕੇ ਇੰਨੀ ਅਸੀਸ ਦੇ ਕੇ ਕਹਿੰਦੇ ਭਚੰਗੀ ਤਾਂ ਸਭ ਤੋਂ ਚੰਗਾ ਪਾਠ ਹੀ ਹੈ ਸਵੇਰੇ ਇਹਨੇ ਭੋਗ ਪਾਉਣਾ ਜਦੋਂ ਇੰਨੀ ਗੱਲ ਕਹੀ ਮੈਂ ਭਾਵੇਂ ਪਾਠ ਕਰਦਾ ਸੀ ਥੋੜਾ ਜਿਹਾ ਮੇਰੇ ਕੰਨ ਵਿੱਚ ਵੀ ਪੈ ਗਈ ਤੇ ਉਹ ਵਿਦਿਆਸਿਓ ਤੇ ਦੂਜੇ ਬੜੇ ਖੁਸ਼ ਹੋਏ ਕਹਿੰਦੇ ਕਮਾਲ ਹੋ ਗਈ ਭਾਈ ਸੋਨਿਆ ਨੇ ਤਾਂ ਬਹੁਤ ਪ੍ਰਸੰਨਤਾ ਵੀ ਇਹਦਾ ਪਾਠ ਹੀ ਬੜਾ ਸ਼ੁੱਧ ਤੇ ਗੁਰੂ ਦੀ ਕਿਰਪਾ ਵੀ ਇਹਨੇ ਭੋਗ ਪਾਉਣਾ ਇਹਦ ਗੱਲ ਤੁਸ ਨੂੰ ਇਹ ਜਿਸ ਵੜਿਆ ਸਤੰਬਰ 1970 ਦੀ ਹੈ ਜਿਸ ਵੜਿਆ ਫਿਰ ਮੈਂ ਦੋ ਤੋਂ ਚਾਰ ਬੈਠਿਆ ਤੇ ਰੌਣ ਲਾਈ ਰਾਉ ਲਾ ਕੇ ਦੂਸਰੇ ਦਿਨ ਪਾਈ ਫਿਰ ਅੰਮ੍ਰਿਤ ਵੇਲੇ ਮੇਰੀ ਡਿਊਟੀ ਹੈਗੀ ਸੀ 2 ਤੋਂ 4 ਮੈਂ ਅਖੰਡ ਪਾਠ ਦੀ ਸਮਾਗਮ ਤੇ ਤੇ ਸੱਜ ਗਿਆ ਸੱਜ ਕੇ ਭੋਗ ਪਾਇਆ ਭੋਗ ਪਾ ਕੇ ਉਦੋਂ ਬਾਅਦ ਫਿਰ ਬੀਬੀਆਂ ਨੇ ਸਿੰਘਾਂ ਨੇ ਚੱਲ ਸੋ ਚੱਲ ਹੁੰਦਾ ਉੱਥੇ ਕੋਈ ਰੋਕ ਨਹੀਂ ਸਕਦਾ ਸੀ ਕਿਹੜਾ ਕੀਰਤਨ ਹੋਇਆ ਉਹ ਤਕਰੀਬਨ 1 ਵਜੇ ਤੱਕ ਹੋਇਆ 4:30 4:30 ਵਜੇ ਸਵੇਰ 4 ਵਜੇ ਭੋਗ ਪੈ ਗਿਆ ਕੀਰਤਨ ਨਿਰੰਭ ਹੋ ਗਏ ਤੇ ਮੈਨੂੰ ਕੀਰਤਨ ਇੰਨਾ ਪਿਆਰਾ ਤੇ ਮਿੱਠਾ ਲੱਗੇ ਤੇ ਉਹ ਸ਼ੰਤ ਜਵਾਲਾ ਸੋਹਣੀਆਂ ਨੇ ਨੰਦਪੁਰ ਕਲਾਉੜ ਵਾਲੇ ਤੇ ਉਹਨਾਂ ਨੇ ਮੇਰੇ ਕੰਨ 'ਚ ਦੋ ਵਾਰੀ ਆ ਕੇ ਕਿਹਾ ਵੀ ਕਾਕਾ ਤੈਨੂੰ ਉੱਠਣਾ ਹੈ ਬਾਹਰ ਅੰਦਰ ਜਾਣਾ ਤੇ ਮੈਨੂੰ ਮੇਰੇ ਸਾਹਮਣੇ ਦੋ ਚੀਜ਼ਾਂ ਸੀਆਂ ਇੱਕ ਤਾਂ ਕੀਰਤਨ ਇੰਨਾ ਪਿਆਰਾ ਮਿੱਠਾ ਲੱਗੇ ਇੱਕ ਮੈਨੂੰ ਕੋਈ ਹਾਜ਼ਰੀ ਨਹੀਂ ਹੋਈ ਤੇ ਮੈਂ ਉਹ 2 ਵਜੇ ਬੈਠਿਆ ਸੀ ਇੱਕੇ ਤਾਂ ਮਤਲਬ ਹਜੂਰੀ ਵਿੱਚ ਚਾਪੜੇ ਲਾ ਕੇ 1 ਵਜੇ ਫਿਰ ਮੈਂ ਜਦੋਂ ਅਰਦਾਸ ਹੋਈ ਉਹ ਤੋਂ ਉੱਠਿਆ ਗੁਰੂ ਦੀ ਕਿਰਪਾ ਦੇ ਨਾਲ 11 ਘੰਟੇ ਪਹਿਲਾਂ ਲਗਾਤਾਰ ਚੌਂਕੜਾ ਲਾ ਕੇ ਪਾਠ ਸੁਣਦਿਆਂ ਮੇਰੇ ਸਾਹਮਣੇ ਦੋ ਹੀ ਗੱਲਾਂ ਸੀਆਂ ਇੱਕ ਕੋਈ ਹਾਜ਼ਰ ਤੇ ਮਹਿਸੂਸ ਨਹੀਂ ਹੋਈ ਦੂਜੇ ਇੱਕ ਇਹ ਗਲਬ ਸੀ ਵੀ ਕੀਰਤਨ ਚੋਂ ਮੈਂ ਗਾਇਆ ਜਰਨਾ ਹੋ ਜਾ ਤੇ ਉਸ ਤੋਂ ਬਾਅਦ ਭਾਈ ਭੋਗ ਪਿਆ ਫਿਰ ਗਿਆਨੀ ਕਰਤਾਰ ਸੁਣੀ ਇੱਥਾਂ ਲੰਗਰ ਚ ਤੇ ਮੈਨੂੰ ਕੋਈ ਭੁੱਖ ਨਾ ਉਹ ਕਹਿੰਦੇ ਕਾਕਾ ਕੁਝ ਸ਼ਕਲਾ ਮੈਂ ਲੋੜ ਜੀ ਨਹੀਂ ਕਹਿੰਦੇ ਥੋੜਾ ਕਣਾ ਸ਼ਕਲਾ ਚਲੋ ਫਿਰ ਉਸ ਤੋਂ ਬਾਅਦ ਗੁਰੂ ਦੀ ਕਿਰਪਾ ਦੇ ਨਾਲ ਉਹ ਦਿਹਾਸਿਉਣੀ ਤਾਗੇ ਤੇ ਦਾਸ ਉਥੇ ਹੀ ਰਹਿ ਪਿਆ। ਛੁੱਟੀਆਂ ਸੀ। ਜਦੋਂ ਰਹਿ ਗਏ ਫਿਰ ਭਾਈ ਸੋਮਣਿਆ ਦੇ ਨਾਲ ਅਕਾਲੀਵਾਲਾ ਜਿੱਧਰ ਗੁਜਰਵਾਲਾ ਉਧਰ ਨੂੰ ਆ ਗਏ ਸ਼ਾਮ ਨੂੰ। ਉੱਥੇ ਸੈਰਸੂਰ ਕਰਦੇ ਹੋਏ ਮੈਂ ਭਾਈ ਸੋਮਣਿਆ ਦੇ ਨਲਕੇ ਦੇ ਪੈਰ ਆਪਦੇ ਪੰਜ ਇਸ਼ਨਾਨਾ ਕਰਦੇ ਫਿਰ ਮੈਂ ਨਲਕਾ ਗੇਟ ਦਾ ਸੀ। ਮੇਰੇ ਮੂੰਹੋਂ ਨਿਕਲ ਗਿਆ। ਮਹ ਜੀ ਬੜੀ ਖਿੱਚ ਸੀ ਤੁਸੀਂ ਕਦੋਂ ਆਵੋ ਦਰਸ਼ਨ ਕਰੀਏ। ਜਦੋਂ ਇੰਨੀ ਗੱਲ ਕਹੀ ਬੋਲਦੇ ਸੇ ਬਹੁਤ ਸਖਤ ਤੇ ਹਿਰਦੇ ਅੰਦਰ ਪਿਆਰ ਪਿਆਰੀ ਸੀ ਤੇ ਰਾਨੀ ਵਾਲੀ ਗੱਲ ਸੀ ਜਦੋਂ ਮੈਂ ਗੱਲ ਕਹੀ ਨਾ ਮੈਨੂੰ ਬੜੇ ਕਹਿੰਦੇ ਇਹਨੂੰ ਪੈ ਗਈ ਖਿੱਚ ਸਾਨੂੰ ਤੇਰਾ ਪਹਿਲਾਂ ਹੀ ਪਤਾ ਸੀ ਉਹ ਤਾਂ ਫਿਰ ਉਦੋਂ ਬਾਅਦ ਕੁਮਾਰ ਹੱਟੀ ਵੀ ਰਹੇ ਉਹਨਾਂ ਦੇ ਪਵਿੱਤਰ ਹੱਥਾਂ ਨਾਲ ਮੇਰੀ ਪਹਿਲੀ ਟੀਚਰ ਬਣਿਆ ਜੋ ਕੁਝ ਵੀ ਹੈਗਾ ਤੇ ਉਹ ਕਿਉਂ ਉਹਨਾਂ ਦੇ ਕੋਲੇ ਗੱਲ ਸੀ ਸਹਿਜ ਸੁਭਾਅ ਕਿਹੜੀ ਗੱਲ ਕਹਿ ਦੇਣਾ ਸਾਦ ਬਚਣਾ ਢਲਦਾ ਕੋਈ ਇਹ ਨਹੀਂ ਕਹਿ ਸਕਦਾ ਸੀ ਵੀ ਮੈਨੂੰ ਆਹ ਦੱਸੋ ਫਿਰ ਉਹਨਾਂ ਕੋਲ ਖੁੰਡਾ ਸੀ ਤੇ ਉਹ ਕਿਹੜੀ ਗੱਲ ਕਹੀ ਉਹਨਾਂ ਨੇ ਕਹਿੰਦੇ ਆ ਇਹਨੂੰ ਲੱਗ ਗਿਆ ਪਤਾ ਸਾਨੂੰ ਪਹਿਲਾਂ ਹੀ ਪਤਾ ਸੀ ਫੇਰ ਗੁਰੂ ਦੀ ਕਿਰਪਾ ਨਾਲ ਪਾਈ ਫੇਰ ਤਾਂ ਤੁਸੀਂ ਗੱਲ ਹੀ ਛੱਡ ਦਿਓ ਵੀ ਫੇਰ ਇੱਕ ਗੱਲ ਇੱਕ ਹੋਰ ਬੜੇ ਧਿਆਨ ਨਾਲ ਜਿਸ ਵੇਲੇ ਨਾਸਟਰ ਜੀ ਘਰੇ ਆਏ ਉਹ ਪ੍ਰਧਾਨ ਸਨ ਜਦੋਂ ਅਸੀਂ ਅੰਬਰਤ ਸਕੇਆ ਤੇ ਦੂਸਰੇ ਪੱਖ ਤੇ ਆ ਕੇ ਉਹ ਕਹਿਣ ਲੱਗੇ ਇੱਕ ਪਚੰਗੀ ਹੈ 18 19 ਸਾਲ ਦਾ ਦੇਖਣੀ ਪੱਖਣੀ ਵੀ ਉਹਦੇ ਤੇ ਕਲਾ ਬੜੀ ਬਰਤੀ ਹੈ ਤੇ ਉਹ ਬੇਬੇ ਜੀ ਉਹਨਾਂ ਦੇ ਘਰੋਂ ਸ਼ਰਨਖੋਰ ਕਹਿਣ ਲੱਗੀ ਕਹਿੰਦੀ ਇਹ ਥੋੜੀ ਭਤੀਜ ਨੂੰ ਆ ਜਿਹੜੀ ਉਹ ਦਾ ਭਾਂਜਾ ਲੋਹਟਵਦੀ ਪੜ੍ਹਦਾ ਹੈ ਅੱਗੇ ਵੀ ਆਪਣੇ ਘਰੇ ਇੱਕ ਦੋ ਵਾਰੀ ਜਦੋਂ ਆਇਆ ਤਾਂ ਤੁਹਾਨੂੰ ਫਤੇ ਬੁਲਾ ਕੇ ਗਿਆ ਜਦੋਂ ਉਹਨਾਂ ਨੇ ਇਹ ਨਹੀਂ ਗੱਲ ਕਹੀ ਕਹਿੰਦੇ ਮੈਨੂੰ ਮੇਰੀ ਨਜ਼ਰ ਵਿੱਚ ਤਾਂ ਅੱਜ ਹੀ ਆਇਆ ਕਹਿੰਦੇ ਪਹਿਲਾਂ ਮੈਂ ਤਾਂ ਬੇਅੰਮ੍ਰਿਤੀਆਂ ਨੂੰ ਕੀੜੇ ਮਕੌੜੀ ਸਮਝਦਾ ਇਹ ਉਹਨਾਂ ਦੇ ਪਵਿੱਤਰ ਜਦੋਂ ਇਹਨਾਂ ਨੇ ਆਹ ਗੱਲ ਮੈਨੂੰ ਦੱਸੀ ਇਸ ਤਰ੍ਹਾਂ ਫਿਰ ਮੈਂ ਉਹਨਾਂ ਨੂੰ ਇਹ ਮਾਤਾ ਜੀ ਮੈਂ ਉਹਨਾਂ ਨੂੰ ਮਾਤਾ ਜੀ ਤੋਂ ਵੀ ਬਾਅਦ ਸਮਝਦਾ ਸੀ ਸਾਰ ਨੂੰ ਕਰਨਾ ਮਹਨਨੂ ਕਿ ਹੱਛਾ ਕੀੜੇ ਮਕੌੜੇ ਨੇ ਫਿਰ ਮੈਂ ਕਿਹਾ ਮੇਰੇ ਤਾਂ ਜੀ ਇਹ ਕਰਦਾ ਪੰਜ ਭਰਾ ਤੇ ਚਾਰ ਭੈਣਾਂ ਵੀ ਸਾਰਾ ਪਰਿਵਾਰ ਅੰਮ੍ਰਿਤ ਛਕੇ ਜਦੋਂ ਇੰਨੀ ਗੱਲ ਕਹੀ ਉਹ ਕਹਿੰਦੇ ਭਾਈ ਦਾਤਾ ਦਾਤ ਰੱਖੀ ਹੱਥ ਆਪਣੇ ਜਿਸ ਇਹ ਤਾਂ ਉਹਦੇ ਹੱਥ ਹੈ ਵਾਹਿਗੁਰੂ ਦੇ ਜਦੋਂ ਇੰਨੀ ਗੱਲ ਕਹੀ ਤੇ ਬਾਕੀ ਕਹਿੰਦੇ ਹਾਂ ਜਦੋਂ ਤੂੰ ਨਿਤਨੇਮ ਕਰਕੇ ਹਟਦਾ ਓਦੋਂ ਅਰਦਾਸ ਕਰਦਾ ਓਦੋਂ ਅਰਦਾਸ ਕਰਿਆ ਕਰ ਫਿਰ ਭਾਈ ਐਸੀ ਕਲਾ ਵਰਤੀ ਗੁਰੂ ਦੀ ਕਿਰਪਾ ਨਾ ਭੈਣ ਆ ਕੇ ਇਹ ਕਹਿਣ ਲੱਗੀ ਕਹਿੰਦੇ ਬੀਰੀ ਜੀ ਅੰਮ੍ਰਿਤ ਛਕਣਾ ਮਹਾਦਸਾਰ ਸੁਆਣੀ ਪਊ ਕਹਿੰਦੇ ਸੁਆਉਂ ਚਲੋ ਮੁਖ ਦੀ ਗੱਲ ਮੈਂ ਜਿਆਦਾ ਇਹਨਾਂ ਲੰਬਾ ਜਾਵਾਂ ਇਸ ਗੱਲ ਤੇ ਸੱਚੇ 파ਰਸ਼ਨੈਸੀ ਖੇੜ ਭਰੀ ਵਰਤਾਈ ਤੇ ਬਾਕੀ ਅਰਦਾਸ ਗੁਰੂ ਦੇ ਚਰਨਾਂ 'ਚ ਹੁੰਦੀ ਰਹੀ ਜਿਵੇਂ ਉਹ ਕਰਾਉਂਦੇ ਰਹੇ ਰੰਗ ਚੜੇ ਹੋਏ ਸੇ ਤੇ ਦੂਸਰੇ ਪੱਖ ਤੇ ਪੰਜੇ ਭਰਾ ਚਾਰੇ ਪਹਿਣਾ ਸਭ ਨਹੀਂ ਸਕ ਲਿਆ ਮੇਰੇ ਪਿਤਾ ਜੀ ਸਾਧਾਂ ਦੇ ਕੋਲੇ ਪੜਾਈ ਹੋਏ ਸੇ ਤੇ ਉਹ ਉਹਨਾਂ ਨੇ ਨਹੀਂ ਉਹਨਾਂ ਤਿਆਰ ਹੋਏ ਜਦੋਂ ਨਾ ਤਿਆਰ ਹੋਏ ਤੇ ਗੁਰੂ ਨੇ ਜਦੋਂ ਬਖਸ਼ਿਸ਼ ਕਰਨੀ ਹੁੰਦੀ ਹੈ ਕਹਣੇ ਇਹ ਤਾਂ ਬੜੇ ਹੱਠੀ ਨੇ ਇੰਨਾ ਇੰਨਾ ਚਰ ਬੈਠੇ ਰਹਿੰਦੇ ਨੇ ਫੇਰ ਕੋਈ ਭੈਣੀ ਬੜਿੰਗ ਦਾ ਸਿੰਘ ਆ ਗਿਆ ਉਹ ਮੈਨੂੰ ਰਸਤੇ 'ਚ ਮਿਲ ਗਿਆ ਸੀ ਉਹ ਦਿਨਾਂ ਚੋਂ ਪ੍ਰੇਮ ਹੋ ਗਿਆ ਤੇ ਉਹ ਉਹਦੇ ਮਨ 'ਚ ਸੀ ਕਹਿੰਦਾ ਮੇਰੀ ਲੜਕੀ ਤੇਰੇ ਵਰਗੀ ਆ ਕਾਕਾ ਬੋਤੇ ਤੇ ਬੈਠੇ ਸੀ ਉਹ ਤੇ ਬਾਕੀ ਕਿਥੇ ਮੰਗਿਆ ਮੰਗਿਆ ਤਾਂ ਨਹੀਂ ਮਾ ਜੀ ਮੇਰੇ ਤਾਂ ਆਨੰਦ ਕਰ ਜੂਣੇ ਕਹਿੰਦੇ ਜਾ ਫੇਰ ਉਹਦੀ ਫੇਰ ਕਹਿੰਦੇ ਤੇਰਾ ਪਿੰਡ ਕਿਹੜਾ ਮੈਂ ਮੇਰਾ ਪਿੰਡ ਜੀ ਫਰਵਾਲੀ ਆ ਉਹਨਾਂ ਦੇ ਲੜਕੇ ਮਤਲਬ ਐ ਇਧਰ ਪਸਾਉੜ ਬਿਆ ਹੈ ਵਸੇ ਨਗੇਂਦਰ ਸੌਂਦੇ ਫੇਰ ਉਹ ਘਰੇ ਆ ਗਿਆ ਫੇਰ ਕਰਿਆ ਆ ਕੇ ਸਾਰਾ ਟੱਬਰ ਇਕੱਠਾ ਕਰ ਲਿਆ ਕਹਿੰਦੇ ਇਹ ਤੁਸੀਂ ਕੀ ਕੀਤਾ ਇਹ ਬੱਚੇ ਦੇ ਨਾਲ ਮੈਰ ਕੀਤਾ ਇਹਨੂੰ ਐਨੇ ਛੋਟੀ ਉਮਰ ਵਿੱਚ ਵਿਆਹਤਾ ਤੇ ਬਾਕੀ ਕੋਈ ਟੋਕਰਾ ਚੱਕਣ ਵਾਲੀ ਹੋਊ ਲੜਕੀ ਹੈ ਉਹ ਕਹਿੰਦੇ ਨਹੀਂ ਜੀ ਇਹ ਖਾਨਦਾਨੀ ਜਲੋ ਮੁਖ ਦੀ ਗੱਲ ਇਹ ਹੋਈ ਉਹ ਇੱਕ ਦਿਨ ਮੈਂ ਬਾਹਰ ਗਿਆ ਸੀ ਉਹ ਮੇਰੇ ਪਿਤਾ ਅੱਗੇ ਮੇਰੇ ਪਿਤਾ ਜੀ ਨੂੰ ਕਹਿਣ ਲੱਗੇ ਤੂੰ ਥੋੜਾ ਲੜਕਾ ਇੱਧਰ ਅੰਮ੍ਰਿਤਧਾਰੀ ਹੈ ਤੇ ਹੋਰ ਸਾਰੇ ਤੁਸੀਂ ਹਾਲmathsf ਅੰਮ੍ਰਿਤ ਨਹੀਂ ਛਕਿਆ ਚਲੋ ਗੁਰੂ ਨੇ ਐਸੀ ਬਖਸ਼ਿਸ਼ કરી ਉਹ ਵੀ ਤਿਆਰ ਹੋ ਗਏ ਟਾਇਰ ਹੋ ਕੇ ਭਾਈ ਫਿਰ ਮੈਂ ਤੁਹਾਨੂੰ ਤੁਸੀਂ ਦੇਖੋ ਹੈਰਾਨੀ ਦੀ ਗੱਲ ਹੈ ਇਹ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਬਹੁਤ ਸੁਧੀ ਸੱਤਿਆ ਨੂੰ ਨਾਰੰਗਵਾਲ ਮੇਰੇ ਮਾਤਾ ਜੀ ਤੇ ਪਿਤਾ ਜੀ ਨੇ ਫਿਰ ਅੰਮ੍ਰਿਤ ਛਕਿਆ ਵੱਡੇ ਸਮਾਗਮ ਤੇ ਜਦੋਂ ਉੱਥੇ ਅੰਮ੍ਰਿਤ ਛਕਿਆ ਤੇ ਗੁਰੂ ਦੀ ਕਿਰਪਾ ਦੇ ਨਾਲ ਮਾਤਾ ਜੀ ਦਾ ਕਹਿਣ ਵੀ ਇੱਥੇ ਤਾਂ ਸਿੰਘ ਬੀਬੀਆਂ ਕਿਹੜੇ ਲੰਗਰ ਸੇਵਾ ਕਰਦੇ ਨੇ ਭਾਈ ਹੋਰ ਹੀ ਕੋ ਜ ਹੈ ਮਾਤਾ ਜੀ ਇੱਥੇ ਬੜਾ ਕੁਝ ਹੈ ਤੇ ਫਿਰ ਉਸ ਤੋਂ ਬਾਅਦ ਜਦੋਂ ਅੰਮ੍ਰਿਤ ਛਕ ਲਿਆ ਤੇ ਮੈਂ ਭਾਈ ਸਵਨੀ ਦੇ ਚਵਾਰੇ ਚ ਗਿਆ ਬਦਾਈਗੀ ਰੈਣ ਸਵਾਈ ਕੀਰਤਨ ਸਾਰੀ ਸਮਾਪਤੀ ਹੋ ਗਈ ਐਨੀਆਂ ਸੰਗਤਾਂ ਇਕੱਠੀਆਂ ਹੁੰਦੀਆਂ ਸੀਆਂ ਜਿਸ ਬਾਰੇ ਜਾ ਕੇ ਫਦੇ ਬਲਾਈ ਤੇ ਮੈਂ ਉਹਨਾਂ ਨੂੰ ਕਹਿੰਦੇ ਮੈਨੂੰ ਉਹਨਾਂ ਨੇ ਫਿਰ ਇੱਕੋ ਹੀ ਗੱਲ ਕਹੀ ਕਹਿੰਦੇ ਕਿਉਂ ਹੁਣ ਤੇਰੀ ਪੂਰੀ ਹੋ ਗਈ ਪਹਿਲਾਂ ਤਾਂ ਮੈਂ ਹੈਰਾਨ ਹੋ ਗਿਆ ਵੀ ਇਹਨਾਂ ਨੂੰ ਕੀ ਪਤਾ ਹੈ ਚਲੋ ਫਿਰ ਮੈਂ ਦੇਖਿਆ ਵੀ ਇਹਨਾਂ ਤੋਂ ਭੁੱਲਿਆ ਕੀ ਹੈ ਮੈਂ ਕਿਹਾ ਹਾਂ ਜੀ ਦੇਖੋ ਤੁਸੀਂ ਕਿਹੜਾ ਮੈਨੂੰ ਬੜੂੰਦੀ ਉਹਨਾਂ ਨੇ ਮਾਤਾ ਜੀਰ ਸ਼ਰਨ ਗੋਵਰ ਨੇ ਕਿਹਾ ਸੀ ਨਾ ਵੀ ਅਰਦਾਸ ਕਰਿਆ ਕਰ ਵੀ ਇਸ ਤਰ੍ਹਾਂ ਦਾ ਫਿਰ ਪਾਈ ਸ਼ਾਵਣੀਆਂ ਨੇ মোহਰ ਲਾਤੀ ਉਥੇ ਕਹਿੰਦੇ ਹੁਣ ਹੋ ਗਈ ਤੇਰੀ ਪੂਰੀ ਸਾਰੀ ਚਲੋ ਮੁਕਤੀ ਗੱਲ ਇਹੀ ਹੈ ਵੀ ਸੱਚੇ ਪਾਤਸ਼ਾਹ ਨੇ ਫਿਰ ਸਾਰਾ ਪਰਿਵਾਰ ਇੱਕ ਵਾਰੀ ਤਾਂ ਇੱਕ ਰਾਸ ਇੱਕ ਟੱਕ ਸਾਰਾ ਪੰਜੇ ਫਰਾਚਾਰੇ ਭੈਣਾ ਤੇ ਬਾਕੀ ਮਾਤਾ ਪਿਤਾ ਸਾਰੇ ਅੰਮ੍ਰਿਤਧਾਰੀ ਬਣ ਗਏ ਫਿਰ ਮੇਰੇ ਨਾਂ ਦੇ ਕਈ ਪਿੰਡ ਵਿੱਚ ਹੋਰ ਵੀ ਸੇ ਤੇ ਜੇ ਕਿਸੇ ਨੇ ਬਾਹਰੋਂ ਅੰਦਰ ਆਉਣਾ ਵੀ ਜਾਗਰ ਸੰਗ ਕੋਲੇ ਜਾਣਾ ਉਹ ਕਹਿੰਦੇ ਕਿਹੜੇ ਸਿੱਖਾਂ ਦੇ ਕਿ ਦੂਜੇ ਯਾਨੀ ਸਿੱਖਾਂ ਦਾ ਕਰ ਵਜਣ ਲੱਗ ਗਿਆ ਗੁਰੂ ਦੀ ਕਿਰਪਾ ਨਾਲ ਫਿਰ ਉਹਨਾਂ ਦੇ ਪਵਿੱਤਰ ਹੱਥਾਂ ਨਾਲ ਹੀ ਮੇਰੀ ਅਪਾਇੰਟਮੈਂਟ ਹੋਈ ਜੇ ਟੀਚਰ ਤੇ ਉੱਥੇ ਕੁਮਾਰ ਹਟੀ ਮਾ ਉਹਨਾਂ ਕੋਲੇ ਫਿਰ ਦੋ ਵਾਰੀ ਰਿਹਾ ਚਾਰ ਪੰਜ ਮਹੀਨੇ ਤੇ ਜਿਸ ਵੇਲੇ ਵੀ ਉੱਥੇ ਫਿਰ ਇੱਕ ਕੋਈ ਆਤਮ ਸਿੰਘ ਪੰਜੋਖਰੇ ਆਏ ਉਹ ਭਾਈ ਸਾਹਣੇ ਦੇ ਬੜੇ ਨਿਕਟਵਰਤੀ ਸੇ ਬੀਬੀ ਉਪਦੇਸ਼ਕ ਹੋਰ ਦੇ ਆਨੰਦ ਕਾਰਜ ਉਤਾਰਾ ਸਿ ਉਹਨਾਂ ਦੇ ਲੜਕੀ ਨੂੰ ਹੋਏ ਸੀ ਉਹਨਾਂ ਨੂੰ ਅਸੀਂ ਜਲ ਪਾਣੀ ਸਿਖਾਉਂਦੇ ਸੀ ਕਹਿੰਦੇ ਕਿ ਇਹ ਪਚੰਗੀ ਹੈ ਕਿਹੜਾ ਵੀ ਇਹਦਾ ਸਾਰਾ ਪਰਿਵਾਰ ਗੁਰਸਿੱਖ ਹੈ ਇਹ ਭਾਈ ਸ਼ੌਮੀ ਦੀ ਗੱਲ ਹੈ ਤੇ ਫੇਰ ਉਦੋਂ ਬਾਅਦ ਕੁਮਾਰ ਹੱਡੀ ਤੋਂ ਸਮਝ ਲਓ ਤੁਸੀਂ ਗੁਰੂ ਦੀ ਕਿਰਪਾ ਨਾਲ ਫੇਰ ਤਾਂ ਤੁਸੀਂ ਗੱਲ ਹੀ ਛੱਡ ਦਿਓ ਬਈ ਕਿਹੜੇ ਕੱਚੇ ਸੀ ਨਾ ਕਚੜਿਆਂ ਸੰਤੋ ਢੂੰਢ ਸੱਜਣ ਸੰਤ ਪੱਕੇ ਆ ਉਹਨਾਂ ਨਾਲ ਭਾਈ ਢਿੱਲਾ ਮੱਠਾ ਹੋ ਗਿਆ ਸਾਰਾ ਕੰਮ ਉਹ ਕਬੀਰ ਸਾਹਿਬ ਦਾ ਸ਼ਬਦ ਆਉਂਦਾ ਨਾ ਬਾਣੀ ਚ ਜੈ ਜੈ ਹੋ ਹੋਂ ਫਿਰੋ ਕਾਉ ਤੇ ਇਕਠਾ ਹੋ ਉਠਾ ਇਹ ਇਕਰਮ ਸਨੇਹੀ ਬਹਰਾ ਉਜਰ ਮੇਰਾ ਭਾਏ ਅੱਜ ਤੱਕ ਗੁਰੂ ਦੀ ਕਿਰਪਾ ਨਾਲ ਤੁਸੀਂ ਦੇਖ ਲਓ 90 ਮਾਵਾਂ ਨੂੰ ਲੱਗਿਆ ਹੋਇਆ ਜਿੱਥੇ ਆਹ ਕਲਚਰ ਪ੍ਰੋਗਰਾਮ ਊਠ ਪਟਾੰਗ ਹੁੰਦੇ ਨੇ ਕਿਤੇ ਨਹੀਂ ਮੇਰੇ ਜਾਣ ਦੀ ਰੁਚੀ ਬਣਦੀ ਤੇ ਬਾਕੀ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਜਿੰਨਾ ਚ 1961 ਚ ਭਾਈ ਸਾਹਿਬ ਸੱਚਖੰਡ ਨੂੰ ਗਏ ਤੇ ਉਹ ਸੁਦੀ ਸੱਤੇ ਦਾ ਸਮਾਗਮ ਮੈਂ ਭਾਵੇਂ ਕਿਤੇ ਵੀ ਬਾਂਗ ਰਿਚ ਪੜਾਉਂਦਾ ਸੀ ਜਾਂ ਕਿਤੇ ਉੱਥੇ ਉਹ ਮਿਸ ਨਹੀਂ ਹੋਇਆ ਫੇਰ ਤਾਂ ਸੰਗਤ ਭਾਈ ਗੁਰੂ ਸਿੱਖਾਂ ਚ ਹੀ ਰਹੀ ਹੈ ਗੁਰੂ ਸੱਚੇ ਪਾਤਸ਼ਾਹ ਹੁਣ ਵੀ ਅਰਦਾਸ ਬੇਨਤੀ ਇਹੀ ਕਰਨੀ ਜੀਵੇ ਸੱਚੇ ਪਾਤਸ਼ਾਹ ਜਦੋਂ ਸਮਾ ਆਵੇ ਆਪਦੇ ਚਰਨਾਂ 'ਚ ਤੇਰੇ ਨਿਵਾਸ ਬਖਸ਼ੀ ਸਭਾ ਉਹ ਗੁਣ ਤੇ ਭਰੇ ਹੋਇਆ ਆਪ ਗੁਣਾਂ ਨਾਲ ਪਰ ਤੂੰ ਤੇਰੇ ਨਾਮ ਤਰੀਖ ਸੇਖਾਂ ਸੱਚੇ ਪਾਤਸ਼ਾਹ ਕਿਰਪਾ ਕਰਨ ਇਸ ਤਰ੍ਹਾਂ ਦਾ ਹੁਣ ਅੱਜ ਤੁਸੀਂ ਦੇਖ ਲਓ ਗੁਰੂ ਦੀ ਕਿਰਪਾ ਦੇ ਨਾਲ 1 ਫਰਸਟ ਅਕਤੂਬਰ 1927 ਤੋਂ 1 ਫਰਸਟ ਅਕਤੂਬਰ ਨੂੰ 90 ਮਾ ਲੱਗਿਆ ਹੋਇਆ ਹੈ ਉਹਦਾ ਸ਼ੁਕਰ ਹੈ ਨਿਤਨੇਮ ਨਹੀਂ ਵੀ ਜਾਂਦਾ ਹੈ ਦਰਸ਼ਕਾ ਸੱਚੇ ਪਾਤਸ਼ਾਹ ਦੀ ਘਰਾਂ ਚ ਪ੍ਰਕਾਸ਼ ਸੱਚ ਚਾਰ ਪਚੰਗੇ ਨੇ ਤਿੰਨਾਂ ਘਰਾਂ ਚ ਪ੍ਰਕਾਸ਼ ਹੈ ਤੇ ਅੰਮ੍ਰਿਤ ਵੇਲੇ ਜਾਗਣਾ ਤੇ ਫਿਰ ਥੋੜਾ ਕਹਿਣਾ ਜਿੰਨਾ ਵੀ ਭਾਵੇਂ 2 ਮਿੰਟ ਸਿਮਰਨ ਫਿਰ ਸਾਰਾ ਨਿਤਨੇਮ ਫਿਰ ਕੁਝ ਸ਼ਕਣਾ ਫਿਰ ਮਹਾਰਾਜ ਸਭ ਦੇ ਦਰਸ਼ਨਦਾਰੇ ਕਰਕੇ ਫਿਰ ਕੁਝ ਸ਼ਕਣਾ ਸਾਰੀ ਉਹਦੀ ਬਖਸ਼ਿਸ਼ ਹੈ ਇਹ ਸਾਰੀ ਬੜਾਈ ਸਤੂਰ ਦੀ ਹੈ ਸੱਚੇ ਪਾਤਸ਼ਾਹ ਜਿਨ੍ਹਾਂ ਨੂੰ ਭਾਈ ਸਭ ਤੋਂ ਵੱਡੇ ਫਾਗ ਗੁਰਸਿੱਖਾਂ ਕੇ ਜੋ ਗੁਰਚਰਨੀ ਸਿੱਖ ਪੜ੍ਹਦਿਆਂ ਸਭ ਤੋਂ ਵੱਡੀ ਖੇੜਿਆ ਹੈ ਗੁਰਸਿੱਖੀ ਤੋਂ ਬਗੈਰ ਹੋਰ ਕੋਈ ਚੀਜ਼ ਨਾਲ ਜਾਣ ਵਾਲੀ ਨਹੀਂ ਹੈਗੀ ਗੁਰਬਾਣੀ ਦਾ ਅਖਰ ਦਸੀ ਜਾਂਦਾ ਵੀ ਜੋ ਆਪਾਂ ਰਾਤ ਨੂੰ ਸੋਹਿਲਾ ਸਭ ਦਾ ਪਾਠ ਕਰਦਿਆਂ ਪੈਂਡਵਲੇ ਫਿਰ ਉਹ ਹੁਕਮ ਆਉਂਦਾ ਹੈ ਨਾ ਸੱਚੇ ਪਾਤਸ਼ਾਹ ਦਾ ਕਿ ਸੋਲੇ ਵਿੱਚ ਕਿਹੜਾ ਹੁਕਮ ਆਉਂਦਾ ਵੀ ਤੇਰਾ ਇਹੀ ਖਾਟ ਚਲੂ ਹਰਲਾਹਾ ਆਗੇ ਬਸਣ ਸੋਹਿਲਾ ਇਸ ਤਰ੍ਹਾਂ ਦੇ ਭਾਵ ਦੇ ਵੇਅੰਤੂ ਵਰਣੀ ਦਾ ਖਰਖਰੇ ਨੂੰ ਜਗਾਉਂਦਾ ਹੈ ਵੀ ਤੂੰ ਸੁੱਤਿਆ ਨਾ ਰਹੇ ਤੇਰੇ ਨਾਲ ਕਿਸੇ ਨਹੀਂ ਜਾਣਾ ਨੌਵੇਂ ਪਾਸ਼ਾ ਦਾ ਸ਼ਬਦ ਹੁੰਦਾ ਹੈ ਨਾ ਜੋਤਨ ਉਪਜੋ ਸੰਗ ਹੀ ਸੋਪੀ ਸੰਗ ਨਾ ਹੋਇਆ ਜਨਮ ਗਏ ਤੇ ਇਹਦੇ ਨਾਲ ਸਰੀਰ ਆਉਂਦਾ ਹੈ ਤੇ ਬਾਕੀ ਕੁਝ ਨਹੀਂ ਜਾਂਦਾ ਸਭ ਕੁਝ ਧਰਿਆ ਹੀ ਰਹੀ ਤੇ ਇਆਂ ਖਾੜ ਚਲੋ ਹਰ ਲਾਹਾ ਆਗਾ ਬਸਨ ਸੋਹੇਲਾ ਸਭ ਤੋਂ ਵੱਡੀ ਭਾਈ ਇਹ ਹੀ ਗੱਲ ਐ ਸਿੱਧੇ ਪਾਸ਼ਾ ਕਿਰਪਾ ਕਰਨ ਉਹਨਾਂ ਦੀ ਬਖਸ਼ੀ ਹੋਈ ਗੁਰ ਸਿੱਖੀ ਦਾਤ ਕੇਸਾਂ ਤੇ ਸਵਾਸਨ ਨਿਭ ਜਵੇ ਇਹ ਹੀ ਅਰਦਾਸ ਐ ਹੋਰ ਇੱਥੇ ਕੁਝ ਨਹੀਂ ਬਾਕੀ ਉਹ ਆਪਣੇ ਬੱਚਿਆਂ ਦੀ ਆਪੇ ਆਪਣੇ ਦਾਸ ਕੋ ਗੰਠ ਲਾਏ ਰੱਖਿਆ ਜਿਉਂ ਬਾੜਕ ਪਿਤਾ ਮਾਤਾ ਸੱਚੇ ਪਾਤਸ਼ਾਹ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦ ਤੂੰ ਮੇਰਾ ਪਰਾਤਾ ਤੂੰ ਮੇਰਾ ਰਾਖਾ ਸਭ ਨਹੀਂ ਥਾਈ ਤਾਂ ਕਉ ਕੇ ਹਾ ਕੜਾ ਜੀ ਉਹ ਬਾਣੀ ਦਾ ਅੱਖ ਰਖਰੇ ਨੂੰ ਜਗਾਉਂਦਾ ਭਾਈ ਖੱਟਲਾ ਠਕਣਾ ਕੀ ਹੈ ਨਾ ਬਾਣੀ ਦਾ ਲਾਹਾ ਲੈ ਲੈ ਤੇ ਵਾਕੀ ਆਇਓ ਸੁਣਨ ਪੜਨ ਕੋ ਬਾਣੀ ਤੇ ਸੱਚੇ ਪਾਤਸ਼ਾਹ ਦੀ ਕਿਰਪਾ ਹੋਰ ਕੋਈ ਚੀਜ਼ ਨਹੀਂ ਚੰਗੀ ਲੱਗਦੀ ਕਿਹੜੇ ਲੋਕ ਬੜੀ ਗਾਣੇ ਊਟ ਪਟਾਂਗ ਉਹਨਾਂ ਵਿੱਚ ਮਨ ਰਤੀ ਵੀ ਨਹੀਂ ਲੱਗਦਾ ਤੇ ਇੱਥੇ ਜਿੱਥੇ ਫਿਰ ਉਹ ਕਬੀਰ ਸਾਹਿਬ ਦਾ ਦੁਆਰਾ ਫਿਰ ਮੈਂ ਬੇਨਤੀ ਕਰਨ ਲੱਗਿਆ ਜਹ ਜਹੋਂ ਫਿਰ ਉਹ ਕਉਤਖਾਉ ਉਠਾਈ ਇਕਰਾਮ ਸਨੇਹੀ ਬਹਰਾ ਉਜਰ ਮੇਰੇ ਪਾਏ ਜਿੱਥੇ ਨਾਮ ਬਾਣੀ ਨਹੀਂ ਹੈਗੀ ਕਹਿੰਦੇ ਕਬੀਰ ਸਾਹਿਬ ਕਹਿੰਦੇ ਉਹ ਤਾਂ ਉਜਾੜ ਹੀ ਹੈ ਇਹ ਇਹ ਸੱਚੇ ਪਾਤਸ਼ਾਹ ਪਈ ਕਿਰਪਾ ਕਰਨ ਗੁਰਸਿੱਖੀ ਦਾਤ ਹੈ ਕਿਹੜੀ ਉਹਦੀ ਬਖਸ਼ੀ ਹੋਈ ਇਹ ਤਾਂ ਬੜੀ ਉੱਚੀ ਹੈ ਜਦੋਂ ਫਿਰ ਪੜਦੇ ਆ ਸੱਚੇ ਪਾਤਸ਼ਾਹ ਓਹੋ ਕੋਈ ਖੜਨੂ ਥਾ ਨਹੀਂ ਜਿੱਥੇ ਆਉਂਦੇ ਅਦ ਦਰ ਦੇ ਨੇ ਨਾ ਵਿਸਚੇ ਪਾਸ਼ਾ ਥਾ ਥਾ ਆਨੰਦ ਸਾਫ ਵਿੱਚ ਵਿੱਚ ਆਉਂਦਾ ਹੈ ਵੀ ਉੱਥੇ ਕਿਹੜੇ ਦਸਮ ਦਵਾਰ ਹੈ ਜਿਨ੍ਹਾਂ ਦਾ ਪ੍ਰਕਾਸ਼ ਹੈ ਪਈ ਉਹਨਾਂ ਦੀ ਧੂੜੀ ਮੰਗਦੇ ਹਾਂ ਗੁਰੂ ਕਿਰਪਾ ਕਰੇ ਸੱਚੇ ਪਾਸ਼ਾ ਤਹਿ ਇਹ ਬੜੀ ਖੇੜ ਉੱਚੀ ਸੁੱਚੀ ਹੈ ਸੱਚੇ ਪਾਸ਼ਾ ਦੀ ਜੇ ਕੋਈ ਕਹੇ ਤੇ ਕਿਵੇਂ ਅਸੀਂ ਤਾਂ ਕਲਯੁਗ ਜੀ ਮੈਂ ਸੋ ਆਸੋ ਆਸੀ ਪੜਦਿਆਂ ਜੇ ਤਾਂ ਸਮੁੰਦਰ ਸਾਗਰ ਨੀਰ ਭਰਿਆ ਤੇ ਤੇ ਉਗਣ ਹਮ ਅਰੇ ਦਇਆ ਕਰੋ ਕਸ਼ਮੀਰ ਪਾਵੋ ਡੁੱਬਦੇ ਪਰ ਇੱਕ ਗੱਲ ਜ਼ਰੂਰ ਹੈ ਮਾਨ ਹੈਗਾ ਵੀ ਤੇਰੇ ਆ ਤੇਰੇ ਆ ਸੱਚੇ ਪਾਤਸ਼ਾਹ ਬਖਸ਼ ਲਾ ਫਿਰੇ ਰੋਜ਼ ਮੈਂ ਅਰਦਾਸ ਜਦੋਂ ਕਰਦਾ ਇਹ ਸ਼ਬਦ ਜ਼ਰੂਰ ਪੜਦਾ ਇਹ ਗੁਰੂ ਸੱਚੇ ਪਾਤਸ਼ਾਹ ਵੀਰ ਕਿਰਪਾ ਕਰਨ ਨਾਮ ਬਾਣੀ ਹੋਦੈ ਨਾ ਵਾਹਿਗੁਰੂ ਵਾਹਿਗੁਰੂ ਸਭ ਵੀ ਇਹ ਕਿਹੜੀ ਖੇਡ ਹੈਗੀ ਹੈ ਤੇ ਹਰਨਾਖੀ ਕੋ ਸੱਚ ਬਹਿਣ ਸੁਣਾ ਜੋ ਤੋ ਕਰੇ ਉਧਾਰਨ ਸੁੰਦਰ ਬਚਨ ਤੁਮ ਸੁਣੋ ਛਬੀਲੀ ਪਿਰ ਤੈ ਏਡਾ ਮਨ ਸਾਧਾਰਨ ਦੁਰਜਨ ਸੇਤੀ ਦਿਉ ਨਿਹਉ ਰਚਾਇਓ ਦਸ ਵਿਖਾ ਮੈਂ ਕਾਰਨ ਉਣੀ ਨਾਹੀ ਝੂਣੀ ਨਾਹੀ ਨਾਹੀ ਕਿਸੇ ਵੀ ਹੁਣੀ ਪਿਰ ਛੈਲ ਛਬੀਲਾ ਛੱਡ ਗਵਾਇਓ ਦੁਰਮਤ ਕਾ ਨੂੰ ਬਹਿਉਣੀ ਨਾ ਹੋ ਖੁੱਲੀ ਨਾ ਹੋ ਚੁਕੀ ਨਾ ਮੈਂ ਨਾਹੀ ਦੋਸ਼ਾ ਜਿਤੋ ਸੋ ਮਲਾਇਤ ਤੋਹ ਲੱਗੀ ਤੂੰ ਸੁਣ ਸੱਚ ਸੁ ਸੰਦੇਸਾ ਸਾਈ ਸੁਹਾਗ ਨੇ ਸਾਈ ਭਾਗਣ ਜੈ ਪੇ ਕਿਰਪਾ ਤਾਰੀ ਫਿਰ ਅਗੁਣਤੀਸ ਕੇ ਸਭ ਗਵਾਏ ਗਲ ਸੇਤੀ ਲਾਇ ਸੁਵਾਰੀ ਕਰਮਹੀਣ ਤਨ ਕਰੇ ਬਨੰਤੀ ਕਦ ਨਾਨਕ ਆਵੈ ਬਾਰੀ ਸਭ ਸੁਹਾਗਣ ਮਾਣੇ ਰਲੀਆਂ ਇਕ ਦੇਵੋ ਰਾਤ ਮਰਾਰੀ ਇਹ ਸੱਚੇ ਪਾਤਸ਼ਾਹ ਬਖਸ਼ਿ ਕਰਨ ਸੁਆਸੋਦਾ ਸਿੰਘ ਨੂੰ ਬਖਸ਼ਣ ਜੋ ਤੁਹਾਨੂੰ ਤੁਸੀਂ ਹਮ ਆ ਵੀ ਉਹੋਂ ਵੀ ਹੀਰ ਦੇ ਅੰਦਰ ਵਾਹਿਗੁਰੂ 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 ਤੋਂ ਨਹੀਂ ਹੀਰ ਦੇ ਅੰਦਰ ਹੋਵੇ ਇਹ ਸੱਚੇ ਪਾਤਸ਼ਾਹ ਦੇ ਹੱਥ ਹੈ ਡੋਰੀ ਆਪਣੇ ਬੱਚਿਆਂ ਦੀ ਆਪੇ ਹੀ ਰਾਖੀ ਕਰਦਾ ਆਪਣੇ ਦਾਸ ਕਉਂਠ ਲਾਏ ਰੱਖਾ ਜਿਉਂ ਬਾਰਕ ਪਿਤਮਾ ਦਾ ਇੰਨਾ ਕੁਝ ਕਹਿੰਦਾ ਹੋਇਆ ਮੈਂ ਮਾਫੀ ਮੰਗਣ ਲੱਗਿਆ ਸੱਚੇ ਪਾਤਸ਼ਾਹ ਕਿਰਪਾ ਕਰਨੀ ਇੱਕ ਗੱਲ ਫੇਰ 332 ਸਾਲ ਪੜਾਇਆ ਜਿੱਥੇ ਵੀ ਸਕੂਲਾਂ ਵਿੱਚ ਤੁਹਾਨੂੰ ਦੱਸ ਨਹੀਂ ਸਕਦੇ ਇੰਨਾ ਉੱਥੇ ਕੋਈ ਨਾ ਕੋਈ ਜਿਨ੍ਹਾਂ ਦੇ ਬੱਚੇ ਨਹੀਂ ਵੀ ਪੜਦੇ ਸੀ ਉਨ੍ਹਾਂ ਵਿੱਚ ਉਹ ਜਿਹੇ ਗੁਰਮੁਖਾਂ ਦਾ ਮੇਲ ਹੋ ਜਾਣਾ ਮੈਨੂੰ ਕਿਤੇ ਤਕਲੀਫ ਨਹੀਂ ਹੋਣ ਦਿੱਤੀ ਚੜਦੀ ਕਲਾ ਰਹੀ ਹੈ ਕਿਉਂਕਿ ਭਾਈ ਸੋਣ ਦੇ ਪਵਿੱਤਰ ਹੱਥਾਂ ਨਾਲ ਹੀ ਮੈਂ ਟੀਚਰ ਬਣਿਆ ਗੁਰੂ ਦੀ ਕਿਰਪਾ ਨਾਲ ਸਾਡੇ ਉਹ ਪੋਸਟ ਖਾਲੀ ਹੋ ਗਈ ਮੈਂ ਨਾਰੰਗਵਾਲ ਗਿਆ ਮੇਰੇ ਮਨ ਚ ਆਇਆ ਵੀ ਮੈਂ ਇੱਥੇ ਖਾਲੀ ਪੋਸਟ ਹੋ ਗਈ ਵੀ ਇੱਥੇ ਮੈਨੂੰ ਟੀਚਰ ਕਰਵਾ ਦੇਣਾ ਜਿਸ ਵੇਲੇ ਮੈਂ ਗਿਆ ਜਾ ਕੇ ਉਥੇ ਨਾਰੰਗਵਾਲ ਗਿਆਨੀ ਮੋਹਲ ਸੋਣੀ ਉਹ ਸੁਦੀ ਸਤਿਆੰਦ ਦਾ ਸਮਾਗਮ ਹੋਣਾ ਸੀ ਉਹ ਸਿੱਟੀ ਪ੍ਰਕਾਸ਼ ਉਪਰਚਾਰੇ ਵਿੱਚ ਹੋਣਾ ਸੀ ਉੱਥੇ ਮਤਲਬ ਹੈ ਗੁਰਬਾਣੀਏ ਧੁਖਾ ਲਾਉਂਦੇ ਸੀ ਭਾਈ ਸੋਹਣੇ ਦਾ ਹਜ ਸਿੰਘ ਦਾ ਸੁਭਾਸ਼ੀ ਜਦੋਂ ਮੈਂ ਗਿਆ ਕਹਿੰਦੇ ਬੀਬੀ ਇੱਕ ਲੰਬਾ ਹੋਰ ਆ ਗਿਆ ਇਹਨੂੰ ਵੀ ਲਾਉ ਅੰਦਰ ਤੇ ਫਿਰ ਮੈਂ ਕਿਹਾ ਜੀ ਸਾਡੇ ਪੋਸਟ ਹੈ ਵੀ ਐ ਕਰਕੇ ਮੈਨੂੰ ਉੱਥੇ ਲਵਾ ਦੇ ਫਿਰ ਕਹਿੰਦੇ ਲਿਆ ਵੀ ਲੈਟਰ ਪ੍ਰਾਇਡ ਇਹਨੇ ਹੁਣ ਟੀਚਰ ਬਣ ਗਿਆ ਜਦੋਂ ਇੰਨੀ ਗੱਲ ਕਹੀ ਤੇ ਬਾਕੀ ਉਹਦੇ ਲਿਖਣ ਲੱਗੇ ਮਹਾ ਗਿਆਨ ਸਿੰਘ ਰਾੜਾ ਤੇ ਕਹਿੰਦੇ ਤੈਨੂੰ ਉੱਥੇ ਪੂਰਨ ਸੇਵਾਵੋ ਤੁਹਾਡੇ ਜ਼ਿਲ੍ਹਾ ਬਰਨਾਲੇ 'ਚ ਗੁਰੂ ਦੀ ਕਿਰਪਾ ਨਾਲ ਮੇਰੇ ਹੀ ਲਵਾਇਆ ਉਹਦੇ ਕੋਲ ਹੀ ਚਲਿਆ ਜਾ ਉਹੀ ਤੇਰਾ ਕੰਮ ਕਰਾ ਦੂ ਚਲ ਮੁੱਖ ਦੀ ਗੱਲ ਇਹ ਹੋਈ ਫਿਰ ਉੱਥੇ ਮੇਰੀ ਜੇ ਟੀਚਰ ਅਪ pointment ਕੋਰ ਸਿੰਘ ਵਾਲੇ ਹੋਗੇ ਜਿੱਥੇ-ਜਿੱਥੇ ਵੀ ਗੁਰੂ ਭੇਜੇ ਉਹਨਾਂ ਦੇ ਪਵਿੱਤਰ ਹੱਥਾਂ ਨਾਲ ਹੀ ਆਪ